ਅਸਲਾਮ ਅਲੈਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਇਤੇ ਮਿੱਠਾ ਜੀ ਵੱਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਲੰਡਨ ਦੇ ਵਿੱਚੋਂ ਇੱਕ ਬਹੁਤ ਵੱਡੀ ਖਬਰ ਇੱਕ ਬਹੁਤ ਵੱਡੀ ਜਿੱਤ ਇੱਕ ਬਹੁਤ ਵੱਡੀ ਫਤਿਹ ਸ਼ਰੀਫ ਖਾਨਦਾਨ ਦੇ ਇੱਕ ਫਰਦੀ ਹੋਈ ਹੈ ਇਹਦੇ ਬਾਰੇ ਅੱਜ ਤੁਹਾਨੂੰ ਬਹੁਤ ਵੱਡੀ ਖਬਰ ਜਿਹੜੀ ਹੈ ਅਸੀਂ ਦੇਣਾ ਕਿਉਂਕਿ ਮੀਡੀਆ ਜਿਹੜਾ ਤੁਹਾਨੂੰ ਪਤਾ ਉਹ ਵੀ ਅਜੀਬੋ ਗਰੀਬ ਕਿਸਮ ਦੀ ਇੱਕ ਮਖਲੂਕ ਹੈ ਕਿ ਜਿਹੜੀਆਂ ਗੱਲਾਂ ਦੱਸਣ ਵਾਲੀਆਂ ਹੁੰਦੀਆਂ ਨੇ عوام ਨੂੰ ਉਹ عوام ਤੱਕ ਪਹੁੰਚਾਈਆਂ ਨਹੀਂ ਜਾਂਦੀਆਂ ਜਿਸ ਤਰ੍ਹਾਂ ਮੈਂ ਹਮੇਸ਼ਾ ਤੁਹਾਨੂੰ ਕਹਿਣਾ ਹੁੰਨਾ ਕਿ ਪਾਕਿਸਤਾਨ ਦਾ ਮੀਡੀਆ ਜਿਹੜਾ ਇਹ ਸੇਠਾਂ ਦੇ ਹੱਥੇ ਚੜ ਚੁਕੇ ਆ ਔਰ ਇਹ ਜਿਹੜੇ ਲੋਕ ਨੇ ਇਹ ਬਿਲਕੁਲ ਵੀ عوام ਦੀ ਗੱਲ ਜਿਹੜੀ ਇਹ ਨਹੀਂ ਕਰਦੇ ਔਰ ਜਿਹੜੇ ਲੋਕ ਮੁਸ਼ਕਲਾਂ ਦੇ ਵਿੱਚੋਂ ਨਿਕਲੇ ਹੁੰਦੇ ਨੇ ਔਰ ਸੁਰਖਰੂ ਠਹਿਰੇ ਹੁੰਦੇ ਨੇ ਸੁਰਖਰੂ ਹੋਏ ਹੁੰਦੇ ਨੇ ਇਲਜ਼ਾਮਾਤ ਤੋਂ ਬਾਅਦ ਔਰ ਇੰਨੀ ਜ਼ਿਆਦਾ ਸਖਤੀਆਂ ਔਰ ਜੱਦੋਜਹਿਦ ਤੋਂ ਬਾਅਦ ਉਹਨਾਂ ਦਾ ਤੇ ਇਹ ਬਿਲਕੁਲ ਹੀ ਜ਼ਿਕਰ ਨਹੀਂ ਕਰਦੇ ਤੇ ਮੈਂ ਹਮੇਸ਼ਾ ਕਹਿੰਦਾ ਉਹਨਾਂ ਕਿ ਇਹ ਜਿਹੜਾ ਪਾਕਿਸਤਾਨ ਦਾ ਇਹ ਡਿਜੀਟਲ ਮੀਡੀਆ ਤੁਸੀਂ ਕਹਿੰਦੇ ਹੋ ਜਾਂ ਟੀਵੀ ਕਹਿੰਦੇ ਹੋ ਇਹ ਸੇਠਾਂ ਦੇ ਹੱਥੇ ਕਾਰੋਬਾਰੀ ਲੋਕਾਂ ਦੇ ਹੱਥੇ ਚੜ ਚੁਕੇ ਨੇ ਇਹਨਾਂ ਨੂੰ ਕੋਈ ਕਿਸੇ ਦਾ ਖਿਆਲ ਨਹੀਂ ਲੰਡਨ ਤੋਂ ਬਹੁਤ ਵੱਡੀ ਖਬਰ ਜਿਹੜੀ ਇਹ ਮੈਂ ਤੁਹਾਡੇ گوشਗੁਜ਼ਾਰ ਕਰਨੀ ਹੈ ਕਿ ਸ਼ਬਾਸ਼ ਸ਼ਰੀਫ ਸਾਹਿਬ ਦੇ ਦਮਾਦ ਨੇ ਇਮਰਾਨ ਅਲੀ ਸਾਹਿਬ ਉਹਨਾਂ ਦੀ ਲੰਡਨ ਦੇ ਵਿੱਚ ਇੱਕ ਬਹੁਤ ਵੱਡੀ ਫਤਹਾ ਜਿਹੜੀ ਉਹ ਹੋਈ ਔਰ ਸਾਰਾ মিডিਆ ਜਿਹੜਾ ਮਿੰਤ ਲੱਗਦਾ ਭੁੱਲ ਗਿਆ ਤੇ ਜ਼ਹਰੀ ਗੱਲ ਅਸੀਂ ਤਣੀ ਨਾ ਬੋਲ ਸਕਦੇ ਸਿਆਸੀ ਡੇਰਾ ਜਿਹੜਾ ਉਹ ਤ ਨਹੀਂ ਬੋਲ ਸਕਦਾ ਅਸੀਂ ਤੁਹਾਨੂੰ ਇਹ ਪੂਰਾ ਠੋਕ ਵਜਾ ਕੇ ਅੱਜ ਦੱਸਾਂਗੇ ਕਿ ইমরান ਅਲੀ ਸਾਹਿਬ ਜਿਹੜੇ ਨੇ ਇਹ ਲੰਡਨ ਦੇ ਵਿੱਚ ਹੁੰਦੇ ਨੇ ਸਰਖਰੂ ইমরান ਖਾਨ ਸ਼ਜਾਦ ਅਕਬਰ ਔਰ ਡੇਵਿਡ ਰੋਜ਼ ਇਹਨਾਂ ਦੇ ਮੂੰਹ ਜਿਹੜੇ ਨੇ ਇਹ ਹੋਏ ਨੇ ਕਾਲੇ ਵੱਡੀ ਖਬਰ ਹੈ ਮੈਂ ਤੁਸੀਂ ਤੁਸੀਂ ਧਿਆਨ ਕਰ ਰਹੇ ਹੋ ਪਿਛਲੇ 1.5 2 ਸਾਲ ਤੋਂ 7-8 ਆਵਾਰਾ ਮਾਈਆਂ ਲੰਡਨ ਦੇ ਵਿੱਚ ਨਵਾਸ਼ਰੀਫ ਦੇ ਘਰ ਦੇ ਅੱਗੇ ਆ ਕੇ ਤੇ ਬੁਲਬਲੀਆਂ ਮਾਰਦੀਆਂ ਰਹੀਆਂ ਔਰ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਇਹ ਮਾਈਆਂ ਕੌਣ ਨੇ ਜੋਡੀ ਡੌਲੀ ਮਸਤੀ ਪਿਸਤੀ ਟਰਾਲੀ ਨਿੱਕੀ ਵੈਗਨ ਇਹ ਸਾਰੀਆਂ ਕੌਣ ਨੇ ਇਹ ਉੱਥੇ ਇਹਨਾਂ ਨੇ ਮ사ਜ ਸੈਂਟਰ ਰੱਖੇ ਨੇ ਇਲਫਰਡ ਲੇਨ ਗ੍ਰੀਨ ਸਟਰੀਟ ਅੱਗੇ ਪਿੱਛੇ ਇਹ ਉੱਥੇ ਇਹ ਧੰਦਾ ਕਰਦੀਆਂ ਨੇ ਤੇ ਇੱਕ ਇੱਕ ਰਿਪੋਰਟਰ ਇੱਕ ਟੀਵੀ ਚੈਨਲ ਦਾ ਜਿਹੜਾ ਬੰਦੇ ਬਰਤਾਨੀਆਂ ਦੇ ਵਿੱਚ ਉਹ ਰਿਪੋਰਟਰ ਜਿਹੜਾ ਉਹ ਉਹਦਾ ਵੀ ਅੱਡਾ ਉਹਦੇ ਅੱਡੇ ਤੇ ਵੀ ਇਹ ਕੰਮ ਕਰਦੀਆਂ ਨੇ ਔਰ 20 20 30 30 ਰੁਪਏ ਲੈ ਕੇ ਨਿਵਾਸ਼ ਸ਼ਰੀਫ ਦੇ ਘਰ ਦੇ ਆ ਕੇ ਤੇ ਚੋਰ-ਚੋਰ ਦੇ ਨਾਰੇ ਲਾਉਂਦੀਆਂ ਨੇ ਠੀਕ ਹੈ ਨਾ ਜੀ ਇਹ ਸਾਰਾ ਸਿਲਸਿਲਾ ਜਿਹੜਾ ਇਹਦੇ ਵਿੱਚੋਂ ਹੀ ਇਹ ਖਬਰ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਕਿ ਇਹ ਅਲੀ ਇਮਰਾਨ ਅਲੀ ਸਾਹਿਬ ਜਿਹੜੇ ਨੇ ਸੁਰਖਰੂ ਹੋਏ ਨੇ ਲੰਡਨ ਦੀ ਅਦਾਲਤ ਦੇ ਵਿੱਚ ਇਮਰਾਨ ਖਾਨ ਸ਼ਹਾਜ਼ਾਦ ਅਕਬਰ ਔਰ ਡੇਵਿਡ ਰੋਜ਼ ਦਾ ਮੂੰਹ ਹੁੰਦਾ ਕਾਲਾ ਔਰ ਡੇਲੀ ਮੇਲ ਜਿਹੜਾ ਅਖਬਾਰ ਹੈ ਉਹਨਾਂ ਨੇ ਅਲੀ ਇਮਰਾਨ ਕੋਲੋਂ ਇਮਰਾਨ ਅਲੀ ਸਾਹਿਬ ਕੋਲੋਂ ਮਾਫੀ ਜਿਹੜੀ ਉਹ ਮੰਗੀ ਇਹਦੇ ਤੇ ਅਸੀਂ ਸਾਰੀ ਗੱਲ ਜਿਹੜੀ ਇਹ ਤੁਹਾਨੂੰ ਤਫਸੀਲ ਦੇ ਵਿੱਚ ਦੱਸਨੇ ਆ ਇਹ ਗੱਲ ਤੇ ਅੱਗੇ ਅਸੀਂ ਤੁਹਾਨੂੰ ਦੱਸ ਚੁੱਕੇ ਆ ਕਿ ਸ਼ਿਬਾਸ਼ ਸ਼ਰੀਫ ਸਾਹਿਬ ਸੁਰਖਰੂ ਹੋਏ ਉਹਨਾਂ ਦੀ ਸਾਰੀ ਫੈਮਿਲੀ ਜਿਹੜੀ ਉਹ ਲੰਡਨ ਦੀਆਂ ਅਦਾਲਤਾਂ ਦੇ ਵਿੱਚੋਂ ਸੁਰਖਰੂ ਹੋਏ ਜਿਹੜੇ ਜਿਹੜੇ ਇਲਜ਼ਾਮਾਤ ਉਹਨਾਂ ਤੇ ਲਾਏ ਗਏ ਉਹ ਸਾਰੇ ਦੇ ਸਾਰੇ ਬਰਤਾਨੀਆਂ ਦੀ ਏਜੰਸੀ ਨੇ ਉਹਦੀ تحقیقات ਕੀਤੀ ਔਰ ਉਸ ਤੋਂ ਬਾਅਦ ਉਹ ਸੁਰਖਰੂ ਹੋਏ ਅਖਬਾਰ ਨੇ ਵੀ ਮਾਫੀ ਮੰਗੀ ਸਾਰਿਆਂ ਨੇ ਮਾਫੀ ਮੰਗੀ ਕਿ ਸਾਨੂੰ ਮਾਫ ਕਰ ਦਿਓ ਇਸ ਗੱਲ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਦੱਸ ਚੁੱਕੇ ਆ ਲੇਕਿਨ ਇਹ ਜਿਹੜਾ ਕੇਸ ਇਮਰਾਨ ਅਲੀ ਸਾਹਿਬ ਦਾ ਇਹਦੇ ਬਾਰੇ ਕਿਸੇ ਨੇ ਕੋਈ ਜ਼ਿਕਰ ਨਹੀਂ ਕੀਤਾ ਇਹ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਮਰਾਨ ਅਲੀ ਸਾਹਿਬ ਜਿਹੜੇ ਨੇ ਇਹ ਇੱਕ شریف ਆਦਮੀ ਇਹ ਵੀ ਸੁਰਖਰੂ ਹੋਇਆ ਔਰ ਇਹਨੇ ਵੀ ਮੰਜੀ ਠੋਕੀ ਹੈ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਔਰ ਇਹ ਇੱਕ شریف ਆਦਮੀ बिजनेਸਮੈਨ ਇਹਦਾ ਕੋਈ ਤਲਕ ਨਹੀਂ ਸਿਆਸਤ ਨਾਲ ਕੋਈ ਤਲਕ ਨਹੀਂ ਕਿਸੇ ਚੀਜ਼ ਨਾਲ ਇਹਦਾ ਇੱਕੋ ਹੀ ਕਸੂਰ ਹੈ ਕਿ ਇਹ ਸ਼ਬਾਸ਼ ਸ਼ਰੀਫ ਦਾ ਦਮਾਦ ਠੀਕ ਹੈ ਨਾ ਔਰ ਕਿਉਂ ਇਹਨੂੰ ਇਸ ਤਰ੍ਹਾਂ ਇਹਦੇ ਵਿੱਚ ਫਸਾਇਆ ਗਿਆ ਇਹ ਸਾਰੀ ਅਸੀਂ ਗੱਲ ਤੁਹਾਨੂੰ ਦੱਸਨੇ ਆ ਇਸ ਤੋਂ ਪਹਿਲੇ ਕਿ ਅਸੀਂ ਇਹਦੇ ਲਈਏ ਪੰਜਾਬ ਦੇ ਵਿੱਚ ਤੁਸੀਂ ਵੇਖ ਲਿਆ ਕਿ ਕੈਦੋ ਜੀ ਦੀ ਛੁੱਟੀ ਹੋ ਚੁੱਕੀ ਕੈਦੋ ਹੰਧਰਾਸਤਨ ਲੈ ਕੇ ਮੁੰਨੇ ਸਲਾਈ ਦੇ ਨਾਲ ਕਦੀ ਅਦਾਲਤ ਚ ਕਦੀ ਕਿਸੇ ਦੇ ਕੋਲ ਕਦੀ ਕਿਸੇ ਦੇ ਕੋਲ ਮੈਂ ਪੰਜਾ ਛੇ ਦਿਨਾਂ ਦਾ ਕਦੋ ਬਾਈ ਨੂੰ ਸਮਝਾਉਂਦਾ ਰਿਹਾ ਕਿ ਸਰ ਜੀ ਇਸਤੀਫਾ ਦਿਓ ਘਰ ਚਲੇ ਜਾ ਹੁਣ ਨਾ ਫੈਜ਼ ਰਹਾ ਤੇ ਨਾ ਕੋਈ ਫੈਜ਼ ਦੇ ਬਾਲ ਬੱਚੇ ਰਹ ਨੇ ਇਹ ਉਹ ਗੱਲਾਂ ਨਹੀਂ ਰਹੀਆਂ ਇਹ ਲਾਟਰੀ ਨਿਕਲਨੀ ਸੀ ਉਹ ਨਿਕਲ ਗਈ ਜੀ ਹੁਣ ਦੁਬਾਰਾ ਇਹ ਲਾਟਰੀ ਨਹੀਂ ਨਿਕਲਦੀ ਪ੍ਰਵੇਜ ਲਾਈ ਸਾਹਿਬ ਤੇ ਮੋਨੂ ਸਲਾਈ ਸਾਹਿਬ ਇਸ ਵਾਸਤੇ ਘਰ ਚਲੇ ਜਾਓ ਜਾ ਕੇ ਆਪਣੇ ਖਾਨਦਾਨ ਦੇ ਮਸਲੇ ਮਸਾਇ ਜਿਹੜੇ ਨੇ ਠੀਕ ਹੀ ਕਰ ਲੋ ਅਗਰ ਤੁਸੀਂ ਸਿਆਸਤ ਕਰਨੀ ਹੈ ਤੇ ਲੇਕਿਨ ਨਹੀਂ ਨਾ ਗੱਲ ਮੰਨਦੇ ਤੇ ਹੁਣ ਉਹੀ ਗੱਲ ਹੋਈ ਨਾ ਅੱਲਾ ਮਲਕ ਅੱਛਾ ਗੱਲ ਤੇ ਆਨੇ ਮਿੱਠਾ ਜੀ ਪੰਜਾਬ ਦੇ ਵਿੱਚ ਇਹ ਅਗਲੇ ਚੰਨ ਦਿਨਾਂ ਦੇ ਵਿੱਚ ਇਹ ਬਹੁਰਾਨ ਜਿਹੜਾ ਇਹ ਠੀਕ ਹੋ ਜਾਏਗਾ ਔਰ ਨਵਾਂ ਵਜ਼ੀਰ ਅਲਾ ਜਿਹੜਾ ਉਹ ਆ ਜਾਏਗਾ ਔਰ ਸਾਡੀ ਤਮੰਨਾ ਵੀ ਹੈ ਔਰ ਸਾਨੂੰ ਲੱਗਦਾ ਵੀ ਇੰਜ ਹੀ ਕਿ ਹਮਜ਼ਾ ਸ਼ਿਬਾਸ਼ ਸ਼ਰੀਫ ਸਾਹਿਬ ਜੀ ਨੇ ਉਹ ਵਜ਼ੀਰ ਅਲਾ ਪੰਜਾਬ ਆ ਜਾਣਗੇ ਅਗਲੇ ਚੰਨ ਦਿਨਾਂ ਦੇ ਵਿੱਚ ਵਿੱਚ ਬਣਦਾ ਵੀ ਉਹਨਾਂ ਦਾ ਹੀ ਹੈ ਪਾਰਟੀ ਦੀ ਅਕਸਰੀਅਤ ਵੀ ਹੈ ਸਾਰਾ ਕੁਝ ਔਰ ਸਾਰੀ ਜਿਹੜੀ ਪੀਡੀਐਮ ਹੈ ਉਹਨਾਂ ਦੀ ਸਪੋਰਟ ਵੀ ਹੈ ਤੇ ਇਹ ਤੁਹਾਨੂੰ ਬਣਦੇ ਨਜ਼ਰ ਆਣਗੇ ਅਗਲੇ ਚੰਨ ਦਿਨਾਂ ਦੇ ਵਿੱਚ ਅੱਛਾ ਜੀ ਹੁਣ ਅਸੀਂ ਆ ਜਾਣੇ ਆ ਲੰਡਨ ਦੇ ਵਿੱਚ ਸ਼ਿਬਾਸ਼ ਸ਼ਰੀਫ ਸਾਹਿਬ ਦੇ ਦਮਾਦ ਇਮਰਾਨ ਅਲੀ ਸਾਹਿਬ ਸੁਰਖਰੂ ਹੁੰਦੇ ਨੇ ਜਿੱਤਦੇ ਨੇ ਬਹੁਤ ਵੱਡੀ ਜਿੱਤ ਹੁੰਦੀ ਹੈ ਉਹਨਾਂ ਦੀ ਤਿੰਨ ਸਾਲ ਪਹਿਲੇ ਤੁਹਾਨੂੰ ਪਤਾ ਹੈ ਕਿ ਪਾਕਿਸਤਾਨ ਦੇ ਵਿੱਚ ਇੱਕ ਫਰਾਉਨ ਦੀ ਹਕੂਮਤ ਸੀ ਕਫਰ ਜ਼ਬਰ ਔਰ ਜ਼ੁਲਮ ਦਾ ਦੌਰ ਚੱਲ ਰਿਹਾ ਸੀ ਔਰ ਉਹ ਬੰਦਾ ਆਪ ਖੁਦ ਤੋਸ਼ਾਖਾਨਾ ਖਾ ਰਿਹਾ ਸੀ ਠੇਕੇ ਖਾ ਰਿਹਾ ਸੀ ਮਾਲਮ ਜੱਬਾ ਖਾ ਰਿਹਾ ਸੀ ਪਸ਼ਾਵਰ ਮੈਟਰੋ ਖਾ ਰਿਹਾ ਸੀ ਪੰਜਾਬ ਖਾ ਰਿਹਾ ਸੀ ਪੰਜਾਬ ਦੇ ਠੇਕੇ ਖਾ ਰਿਹਾ ਸੀ ਔਰ ਨਾਰ ਨਾਲ ਆਇਲਾ ਮਲਕ ਔਰ ਦੂਜੀਆਂ ਮਾਈਆਂ ਜਿਹੜੀਆਂ ਨੇ ਉਹ ਵੀ ਖਾ ਰਿਆ ਸੀ ਆ ਸਾਰੀਆਂ ਆਡੀਓ ਤੁਹਾਡੇ ਸਾਹਮਣੇ ਆ ਰਹੀਆਂ ਨੇ ਆਪ ਇਹ ਸਾਰਾ ਕੁਝ ਖਾ ਰਿਆ ਸੀ ਔਰ ਇਲਜ਼ਾਮات ਕੀ ਦਿੱਤੇ ਲਾ ਰਿਆ ਸੀ ਸ਼ਿਵਾਸ਼ ਸ਼ਰੀਫ ਸਾਹਿਬ ਔਰ ਉਹਦੀ ਫੈਮਲੀ ਤੇ ਔਰ ਹੱਤਾ ਕੇ ਸ਼ਿਵਾਸ਼ ਸ਼ਰੀਫ ਦੇ ਦਮਾਦ ਦੇ ਉੱਤੇ ਵੀ ਇਲਜ਼ਾਮ ਲਾ ਦਿੱਤੇ ইমরান ਅਲੀ ਤੇ ਕਿ ਜੀ ਇਹਨੇ ਵੀ ਇਥੇ منی ਲਾਂਡਰਿੰਗ ਕਰਕੇ ਤੇ ਲੰਡਨ ਦੇ ਵਿੱਚ ਜਾ ਕੇ ਪੈਸੇ ਘੱਲੇ ਨੇ ਤੇ ਫਰਾਡ ਕੀਤੇ ਨੇ ਤੇ ਜਦਾਦਾਂ ਬਣਾਈਆਂ ਤੁਸੀਂ ਜ਼ਰਾ ਅੰਦਾਜ਼ਾ ਲਾ ਲਓ ਕਿ ਕਿਸ ਹੱਦ ਤੱਕ ਇਹ ਬੰਦਾ ਜਿਹੜਾ ਇਹ 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 ਜੇ ਨਹੀਂ ਹਾਰਦ ਕੀ ਇਹਦੀ ਪਰ ਨਸ਼ਾ ਕੀਤਾ ਹੁੰਦਾ ਕੋਈ ਪਤਾ ਹੀ ਨਹੀਂ ਤੇ ਸ਼ਬਾਸ਼ ਸ਼ਰੀਫ ਨੂੰ ਜ਼ਿਆਦਾ ਟਾਰਗੇਟ ਇਸ ਤੋਂ ਕਰਦਾ ਰਿਹਾ ਕਿਉਂਕਿ ਉਹਨੂੰ ਪਤਾ ਸੀ ਕਿ ਸ਼ਬਾਸ਼ ਸ਼ਰੀਫ ਨੇ ਵਜ਼ੀਰ ਆਜ਼ਮ ਬਣਨਾ ਹੈ ਹੋਰ ਤੇ ਕੋਈ ਐਸਾ ਕੈਂਡੀਡੇਟ ਨਹੀਂ ਮਰੀਮ ਨਿਵਾਸ ਜਿਹੜੀ ਉਹ ਨਾਹਲ ਹੋਰ ਤੇ ਕੋਈ ਇਹਨਾਂ ਕੋਲ ਉਮੀਦਵਾਰੀ ਕੋਈ ਨਹੀਂ ਤੇ ਜ਼ਿਆਦਾ ਇਹਦੀ ਫੈਮਿਲੀ ਨੂੰ ਜ਼ਿਆਦਾ ਤੋਂ ਜ਼ਿਆਦਾ ਡੰਡਾ ਕੀਤਾ ਜਾਏ ਔਰ ਸਟੈਬਲਿਸ਼ਮੈਂਟ ਨੂੰ ਬਾਵਰ ਕਰਾਇਆ ਜਾਏ ਕਿ ਵੇਖੋ ਇਹ ਕਿੰਨੇ ਇਹ ਇਹ ਕਰਪਟ ਨੇ ਠੀਕ ਹੈ ਨਾ ਜੀ ਇਹ ਜਨਾਬ ਸ਼ਾਹਜ਼ਾਦ ਅਕਬਰ ਇਮਰਾਨ ਖਾਨ ਜਿਹੜੇ ਨੇ ਇਹਨਾਂ ਨੇ ਰਲ ਕੇ ਇੱਕ ਪਾਸੇ ਇਹ ਦੋਵੇਂ ਪੈਸੇ ਬਣਾ ਰਹੇ ਨੇ ਤੜਾ ਤੜ ਅਰਬਾਂ ਖਰਬਾਂ ਰੁਪਈਆ ਲੁੱਟ ਰਹੇ ਨੇ ਮੁਲਕ ਦਾ ਔਰ ਦੂਸਰੇ ਪਾਸੇ شریف ਲੋਕਾਂ ਤੇ ﺍﻟज़ਮਾਤ ਲਾ ਰਹੇ ਨੇ ਇਹਨਾਂ ਦੋਵਾਂ ਨੇ ਰਲ ਕੇ ਬ੍ਰਿਟਾਨੀਆ ਦੀ ਜਿਹੜੀ ਅਖਬਾਰ ਹੈ ਡੇਲੀ ਮੇਲ ਉਹਨਾਂ ਦੇ ਸਹਾਫੀ ਨੂੰ ਡੇਵਿਡ ਰੋਜ਼ ਨੂੰ ਪਾਕਿਸਤਾਨ ਬੁਲਾਇਆ ਪਾਕਿਸਤਾਨ ਬੁਲਾ ਕੇ ਉੱਥੇ ਝੂਠੀਆਂ ਸਟੋਰੀਆਂ ਘੜ ਕੋੜ ਕੇ ਇਹ ਵੋ ਉਹਨੂੰ ਕਿਹਾ ਜੀ ਇਹ ਜਾ ਕੇ ਤੂੰ ਛਾਪ ਦੇ ਤੇ ਇਹ ਜਨਾਬ ਇਹਨਾਂ ਨੇ ਕਫਲੇ ਕੀਤੇ ਨੇ ਇਹ ਜਿਹੜਾ ਬ੍ਰਿਟਾਨੀਆ ਦਾ ਫੰਡ ਸੀ ਇਹ ਵੋ ਲੰਮੀ ਦਾਸਤਾਨ ਹੈ ਮੈਂ ਜਰਾ ਚੀਦਾ ਚੀਦਾ ਗੱਲਾਂ ਜਿਹੜੀਆਂ ਇਹ ਤੁਹਾਨੂੰ ਦੱਸਣਾ ਚਾਹਣਾ ਕਿਉਂਕਿ ਫਿਰ ਲੰਮੀ ਹੋ ਜਾਂਦੀ ਹੈ ਫਿਰ ਸਵਾਦ ਜਿਹੜਾ ਹੈ ਨਾ ਪੂਰੀ ਚਸ ਤੁਹਾਨੂੰ ਨਹੀਂ ਆਉਂਦੀ ਉਹਨੂੰ ਬਲਾਕ ਡੇਵਿਡ ਰੋਜ਼ ਨੂੰ ਉੱਥੇ ਇਹ ਸ਼ਹਾਦ ਅਕਬਰ ਨੇ ਤੇ ইমরান ਖਾਨ ਨੇ ਇਹਨਾਂ ਨੇ ਕਿ ਝੂਠੀਆਂ ਸਟੋਰੀਆਂ ਦਿੱਤੀਆਂ ਉਹਨੇ ਆ ਕੇ ਛਾਪ ਦਿੱਤੀਆਂ ਉਹਨੇ ਕਿਹਾ ਵਾਜ਼ੀਰ-ਏ-ਆਜ਼ਮ ਹੈ ਖਰੇ ਠੀਕ ਬੋਲਦਾ ਹੋਵੇਗਾ ਉਹਨੂੰ ਕੀ ਪਤਾ ਸੀ ਬੈ ਦੁਨੀਆਂ ਦਾ ਝੂਠਾ ਔਰ ਫਰਾਡੀ ਆਦਮੀ ਇਹ ਨਿਆਜ਼ੀ ਜਿਹੜਾ ਔਰ ਉਹਨੇ ਨਾਲ ਇਹ ਸਮਝਿਆ ਬੈ ਇਹ ਸ਼ਹਾਦ ਅਕਬਰ ਜਿਹੜਾ ਇੱਕ ਬੜਾ ਅੱਛਾ ਆਦਮੀ ਹੋਵੇਗਾ ਉਹਨੂੰ ਕੀ ਪਤਾ ਕਿ ਇਹ ਕੀ ਇਹ ਕੌਣ ਹੈ ਕਿੱਥੋਂ ਆਇਆ ਹੈ ਕਿੰਨਾ ਇੱਚੋ ਹੈ ਜਹਰੀ ਗੱਲ ਹੈ ਕੁਚਾਰਾਂ ਨੇ ਤਗੇ ਵੀ ਸੱਚੇ ਖੱਪੇ ਹੋਏ ਹੋਣਗੇ ਨਾ ਇਹ ਸਾਰਾ ਕੁਝ ਕਰਾਂ ਨੇ ਚ ਉਹਨੇ ਆ ਕੇ ਖਬਰ ਖਬਰ ਸ਼ਾਬ ਦਿੱਤੀ ਇਹ ਹੁਣ ਸਾਰਾ ਖਾਨਦਾਨ ਜਿਹੜਾ ਇਹ ਅਦਾਲਤਾਂ ਚ ਲਾਗ ਪਹਿਲੇ ਸ਼ਿਵਾਸ਼ ਸ਼ਰੀਫ ਸਾਹਿਬ ਸੁਰਖਰੂ ਹੋਏ ਫਿਰ ਆਪਣਾ ਹਮਜ਼ਾ ਸਾਹਿਬ ਹੋਏ ਫਿਰ ਸੁਲਮਾਨ ਸ਼ਿਬਾਦ ਸਾਹਿਬ ਹੋਏ ਫਿਰ ਨਵਾਜ਼ ਸ਼ਰੀਫ ਹੋਏ ਫਿਰ ਮਰੀਮ ਨਵਾਜ਼ ਸਾਰੇ ਜਿਹੜੇ ਨੇ ਉਸ ਸੁਰਖਰੂ ਠਹਿਰ ਚੁਕੇ ਔਰ ਉਸ ਤੋਂ ਬਾਅਦ ਇਹ Imran Ali ਸਾਹਿਬ ਜਿਹੜੇ ਨੇ ਇਹਨਾਂ ਨੇ ਆਪਣਾ ਵਕੀਲ ਜਿਹੜਾ ਤਰੀਕੇ ਇਨਸਾਫ ਲੰਡਨ ਦਾ ਜਿਹੜਾ ਸਦਰ ਵਹੀਦ ਸਾਹਿਬ ਨੇ ਮੇਰੇ ਖਿਆਲ ਨਾਲ ਉਹਨਾਂ ਦਾ ਉਹਨਾਂ ਨੂੰ ਕਰ ਲਿਆ ਉਹਨਾਂ ਫੜਕਤ ਕੇਸ ਕਰ ਦਿੱਤਾ ਵਹੀਦ ਸਾਹਿਬ ਜਿਹੜੇ ਮਾਸ਼ਾਅੱਲਾ ਬੜੇ ਸਮਾਰਟ ਆਦਮੀ ਉਹ ਜਨਾਬ ਫਿਰ ਨਕਦੀਆਂ ਨਕੀਰਾਂ ਜਿਹੜੀਆਂ ਉਹ ਕਢਾ ਦਿੱਤੀਆਂ ਅਲੀ ਆਪਣਾ ਇਮਰਾਨ ਅਲੀ ਸਾਹਿਬ ਦੇ ਵਕੀਲ ਨੇ ਇਹ ਡੇਲੀ ਮੇਲ ਦੀਆਂ ਤੇ ਡੇਵਿਡ ਰੋਜ਼ ਦੀਆਂ ਉਹਨਾਂ ਫਿਰ ਮਾਫੀਆਂ ਮੰਗੀਆਂ ਤਰਲੇ ਕੀਤੇ ਤਰਲੇ ਕਰਕੇ ਹੱਥ ਜੋੜੇ ਕਿ ਬਾਪੂ ਜੀ ਸਾਨੂੰ ਮਾਫ ਕਰ ਦਿਓ ਉਹ ਸਹਾਫੀ ਜਿਹੜਾ ਸੀ ਉਹ ਦੋ ਨੰਬਰਾਂ ਉਨ ਨੂੰ ਨੌਕਰੀ ਤੋਂ ਕੱਢ ਦਿੱਤਾ ਮਤਲਬ ਤੁਸੀਂ ਅੰਦਾਜ਼ਾ ਲਾਓ ਨਾ ਮਸਜ਼ਾਬ ਬੰਦੀ ਸੀ ਇੱਥੇ ਨਿਆਜ਼ੀ ਔਰ ਸ਼ਾਜ਼ਾਦ ਅਕਬਰ ਦੀ ਇਹਨਾਂ ਦੋਹਾਂ ਨੂੰ ਸਜ਼ਾਬ ਬੰਦੀ ਔਰ ਮੈਂ ਸ਼ਾਹ ਵਾਸ਼ੀਫ ਸਾਹਿਬ ਸਾਹਿਬ ਅੱਗੇ ਇਹ ਰਿਕੁਐਸਟ ਕਰਨਾ ਕਿ ਭਾਈ ਜੀ ਇਹ ਜਿਹੜੇ ਇਥੋਂ ਦੀਆਂ ਅਦਾਲਤਾਂ ਦੇ ਫੈਸਲੇ ਨੇ ਬਰਤਾਨੀਆਂ ਦੇ ਜਿਹੜੇ ਤੁਸੀਂ ਸਾਰਾ ਟੱਬਰ ਜਿੱਤੇ ਹੋ ਇਹ ਉੱਥੇ ਲੈ ਜਾਓ ਇਸਲਾਮਾਬਾਦ ਇਸਲਾਮਾਬਾਦ ਹਾਈ ਕੋਰਟ ਜਾਂ ਸੁਪਰੀਮ ਕੋਰਟ ਔਰ ਉਹਨਾਂ ਨੂੰ ਕਹੋ ਕਿ ਇਹ ਬੰਦੇ ਨੇ ਜਿਨ੍ਹਾਂ ਨੇ ਸਾਨੂੰ ਬਦਨਾਮ ਕੀਤਾ ਤੇ ਇਹਨਾਂ ਨੂੰ ਅੰਦਰ ਦਿਓ ਤੁਸੀਂ ਵੀ ਬਿਲਕੁਲ ਸ਼ਰਾਫਤ ਵਾਲੀ ਤੁਸੀਂ ਵੀ ਅਖੀਰ ਕਰ ਛੜੀ ਏ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਤੁਹਾਡੀ ਫੈਮਲੀ ਨੂੰ ਬਦਨਾਮ ਕੀਤਾ ਤੁਹਾਡੇ ਦਮਾਦ ਇੱਕ شریف ਆਦਮੀ ਹੈ ਇੱਕ ਮਲੰਗ ਆਦਮੀ ਹੈ ইমরান ਅਲੀ ਵਿਚਾਰਾ ਕ ਇਹ ਤਾਂ ਕੀ ਹੈ ਵਿਚ ਕਾਰੋਬਾਰੀ ਆਦਮੀ ਔਰ ਸ਼ਿਭਾਸ਼ شریف ਦਮਾਦ 3 ਸਾਲ ਉਹਨਾਂ ਲੋਕਾਂ ਨੂੰ ਇਸ ਤਰ੍ਹਾਂ ਬਦਨਾਮ ਕੀਤਾ ਗਿਆ ਔਰ ਲੰਡਨ ਦੇ ਵਿੱਚ ਉਹ ਮਾਈਆਂ ਘੱਲ ਕੇ 2 ਨੰਬਰ ਮਾਈਆਂ ਜੋੜੀ ਡੌਲੀ ਰੀ ਮਜ਼ਾਰੇ ਕਰਾਏ ਗਏ ਪੋਸਟਰ ਛਪਵਾਏ ਗਏ ਕਿ ਇਹ ਜੀ ਇਹ ਇਹ ਚੋਰ ਨੇ ਪੈਸੇ ਲੈ ਕੇ ਨਸੇ ਨੇ ਲੈ ਕੇ ਲੰਡਨ ਦੀਆਂ ਅਦਾਲਤਾਂ ਸਾਰੀਆਂ ਨੇ ਸੁਰਖਰੂ ਕਰ ਦਿੱਤਾ ਤੇ ਇਹੋ ਹੀ ਫੈਸਲਾ ਜਿਹੜਾ ਇਹ ਲਾਹੌਰ ਹਾਈ ਕੋਰਟ ਹੋ ਇਸਲਾਮਾਬਾਦ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਉਹ ਜਿਹੜੇ ਜੱਜ ਬੈਠੇ ਨੇ ਉਹ ਉਹ ਉਹਨਾਂ ਨੂੰ ਨਜ਼ਰ ਨਹੀਂ ਆਂਦਾ ਉਹਨਾਂ ਦੇ ਅੱਗੇ ਜਾ ਕੇ ਰੱਖੋ ਮਿੱਠਾ ਜੀ ਕਿ ਸਰ ਜੀ ਆਹ ਵੇਖੋ ਐ ਵਕਤ ਦਾ ਵਜ਼ੀਰ ਆਜ਼ਮ ਉਹਦਾ ਫੈਰਾਨ ਬਣਿਆ ਸੀ ਇਹ ਸਾਡੇ ਨਾਲ ਕੀ ਕਰਦਾ ਰਿਹਾ ਲਿਹਾਜ਼ਾ ਇਹਨੂੰ ਫੜੋ ਇਹਨੂੰ ਅੰਦਰ ਦਿਓ ਰਾਣਾ ਸੁਨਾਉਲਾ ਸਾਹਿਬ ਆ ਤੁਹਾਡੇ ਸਾਹਮਣੇ ਇਹ ਸਾਰੇ ਫੈਸਲੇ ਨੇ ਲੰਡਨ ਦੀਆਂ ਅਦਾਲਤਾਂ ਕਿਸ ਤਰ੍ਹਾਂ ਇਸ ਪਾਰਟੀ ਨੂੰ ਬਦਨਾਮ ਕੀਤਾ ਗਿਆ ਪਾਰਟੀ ਦੀ ਲੀਡਰਸ਼ਿਪ ਨੂੰ ਬਦਨਾਮ ਕੀਤਾ ਗਿਆ ਅੱਜ ਦੇ ਵਜ਼ੀਰ ਆਜ਼ਮ ਸ਼ਬਾਸ਼ ਸ਼ਰੀਫ ਸਾਹਿਬ ਨੂੰ ਬਦਨਾਮ ਕੀਤਾ ਗਿਆ ਉਹਨਾਂ ਦੇ ਦਮਾਦ ਇਮਰਾਨ ਅਲੀ ਇੱਕ شریف ਆਦਮੀ ਮਲੰਗ ਆਦਮੀ ਹੈ ਉਹਨੂੰ ਬਦਨਾਮ ਕੀਤਾ ਗਿਆ ਸਰ ਜੀ ਹਿਸਾਬ ਕਿਤਾਬ ਲੈਣਾ ਬੰਦਾ ਔਰ ਮੈਂ ਸਮਝਦਾ ਮੈਂ ਬੜੇ ਟੱਲੇ ਮਿੱਠ ਮੱਠੇ ਨੇ ਸਾਡੇ ਮੁਸਲਮਾਨ ਲੀਗ ਨੂੰ ਨਾਲੇ ਜਿੰਨੇ ਵੀ ਉਹ ਹਕੂਮਤ ਚ ਉੱਥੇ ਬੈਠੇ ਨੇ ਬਿਲਕੁਲ ਖਾਤਾ ਗੋਲ ਹੈ ਤੁਹਾਡਾ ਉਹ ਤੁਹਾਡੇ ਕੋਲ ਹਜ਼ਾਰਾਂ ਕੇਸ ਨੇ ਫੜ ਕੇ ਅੰਦਰ ਦਿਓ ਕਿਉਂ ਨਹੀਂ ਦਿੰਦੇ ਆ ਜਿਹੜੇ شریف ਲੋਕ ਨੇ ਆ ইমরান ਅਲੀ ਖਾਨ ਇਹਨਾਂ ਦੇ ਨਾਲ ਜੋ ਬੀਤੀ ਆ ਜੋ ਇਹਨਾਂ ਨੇ ਸਿਆਹ ਤਿੰਨ ਸਾਲੇ ਦਾ حساب ਕਿਨੇ ਲੈਣਾ ਮੈਂ ਤਾਂ ਇਹ ਨਹੀਂ ਲੈਣਾ ਮੈਂ ਤਾਂ ਲੈ ਨਹੀਂ ਸਕਦਾ ਮੈਂ ਤਾਂ ਐ ਦੱਸ ਹੀ ਸਕਣਾ ਜਾਂ ਇਲਤਜਾ ਕਰ ਸਕਨੇ ਅਸੀਂ ਕਿ ਸਰ ਜੀ ਵੇਖੋ ਇਹ ਅਸੀਂ ਇਹ ਨਹੀਂ ਕਹਿ ਰਹੇ ਕਿ ਕੋਈ ਬਦਲਾ ਲਵੋ ਨਹੀਂ ਜੋ ਬੰਦਾ ਕਾਨੂੰਨ ਦੇ ਮੁਤਾਬਕ ਉਹ ਤੇ ਕਰਨਾ ਚਾਹੀਦਾ ਹੈ ਕਿ ਨਹੀਂ ਤਾਂ ਕਿ ਅਗਲੇ ਨੂੰ ਪਤਾ ਚੱਲੇ ਕਿ ਅਸੀਂ ਕੀ ਕੀਤਾ ਅੱਗੋਂ ਕੋਈ ਜ਼ਰੂਰਤ ਨਾ ਕਰੇ ਇਸ ਤਰ੍ਹਾਂ ਝੂਠੇ ਇਲਜ਼ਾਮਾਤ ਲਾ ਕੇ ਫੈਮਿਲੀ ਨੂੰ ਅੰਡਰ ਪ੍ਰੈਸ਼ਰ ਲੈ ਕੇ ਆਣਾ ਫੈਮਲੀ ਦੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨਾ ਇਹ ਜਿਹੜੇ ਲੋਗ ਨੇ ਇਹਨਾਂ ਦਾ ਕੀ ਹੈ ਇਹਨਾਂ ਦੀ ਕੋਈ ਇੱਜ਼ਤ ਹੈ ਇਹ ਸ਼ਹਜ਼ਾਦ ਅਕਬਰ ਰਾਹਦ ਦੀ ਕੋਈ ਇੱਜ਼ਤ ਹੈ ਇਹ ਨਿਆਜ਼ੀ ਦੀ ਕੋਈ ਇੱਜ਼ਤ ਇਹ ਕੋਈ ਇਨਸਾਨ ਨੇ ਤੇ ਇਸ ਵਾਸਤੇ ਇਹ ਅਸੀਂ ਅਲੀ ਇਮਰਾਨ ਸਾਹਿਬ ਜਿਹੜੇ ਨੇ ਇਹਨਾਂ ਨੂੰ ਮੁਬਾਰਕਬਾਦ ਪੇਸ਼ ਕਰਨੇ ਆ ਔਰ ਦਿੱਲੀ ਮੇਲ ਜਿਹੜਾ ਉਹਨੇ ਮਤਲਬ ਕਿ ਗੋਡੇ ਮੂਦੇ ਮਾਰ ਕੇ ਮਾਫੀ ਮੰਗੀ ਤਰਲੇ ਕੀਤੇ ਮਿੰਤਾ ਕੀਤੀਆਂ ਔਰ ਸ਼ਬਾਸ਼ ਸ਼ਰੀਫ ਸਾਹਿਬ ਜਿਹੜੇ ਨੇ ਉਹਨਾਂ ਨੂੰ ਏ ਅਸੀਂ ਮੁबारकबाद ਦਿੰਨੇ ਆਂ ਔਰ ਇਸ ਵਿਚਾਰੇ ਨੂੰ ইমরান ਅਲੀ ਸਾਹਿਬ ਨੂੰ ਇਸ ਗੱਲ ਦੀ ਸਜ਼ਾ ਸਿਰਫ ਦਿੱਤੀ ਕਿ ਇਹ ਸ਼ਬਾਸ਼ ਸ਼ਰੀਫ ਦਾ ਦਮਾਦ ਹੈ। ਮਤਲਬ ਔਰਤਾਂ ਦੇ ਮੁਕਦਮੇ ਕੀਤੇ ਗਏ, ਦਮਾਦਾਂ ਤੇ ਮੁਕਦਮੇ ਕੀਤੇ ਗਏ, ਸਾਰੀ ਫੈਮਿਲੀ ਦੇ ਮੁਕਦਮੇ ਕੀਤੇ ਗਏ, ਕੀ ਕਿਉਂ? ਕਿ ਇਹ ਅਗਲਾ ਜਿਹੜਾ ਇਹ ਵਜ਼ੀਰ ਆਜ਼ਮ ਹੈ ਔਰ ਇਹਨੂੰ ਅਸੀਂ ਗੰਦਿਆਂ ਕਰਨਾ। ਤੇ ਇਸ ਵਾਸਤੇ ਇਹ ਬਹੁਤ ਵੱਡੀ ਖਬਰ ਜਿਹੜੀ ਅਸੀਂ ਤੁਹਾਡੇ گوشਗੁਜ਼ਾਰ ਕਰ ਰਹੇ ਆਂ ਕਿ ইমরান ਅਲੀ ਸਾਹਿਬ ਵੀਰੇ ਨੇ ਸ਼ਬਾਸ਼ ਸ਼ਰੀਫ ਸਾਹਿਬ ਦੇ ਦਮਾਦ, ਉਹ ਵੀ ਲੰਡਨ ਦੇ ਵਿੱਚ ਸੁਰਖਰੂ ਹੋਏ ਨੇ। ਤੇ ইমরান ਖਾਨ ਸ਼ਜਾਦ ਅਕਬਰ ਔਰ ਡੇਵਿਡ ਰੋਜ਼ ਦਾ ਮੂੰਹ ਜਿਹੜਾ ਇਹ ਕਾਲਾ ਹੋਇਆ ਤੇ ইমরান ਅਲੀ ਸਾਹਿਬ ਨੂੰ ਅਸੀਂ ਮੁਬਾਰਕਬਾਦ ਪੇਸ਼ ਕਰਨੇ ਆ ਉਹ ਮੇਰੇ ਖਿਆਲ ਨਾਲ ਅੱਜ ਕੱਲ ਦੇ ਵਿੱਚ ਪਾਕਿਸਤਾਨ ਵੀ ਪਹੁੰਚ ਪਹੁੰਚ ਜਾਣਗੇ ਔਰ ਮੈਂ ਸਮਝਣਾ ਕਿ ইমরান ਅਲੀ ਸਾਹਿਬ ਤੁਸੀਂ ਜਾਂ ਹੀ ਪਾਕਿਸਤਾਨ ਪਹੁੰਚੋ ইমরান ਖਾਨ ਔਰ ਸ਼ਜਾਦ ਅਕਬਰ ਦੇ ਖਿਲਾਫ ਉੱਥੇ ਕੇਸ ਕਰੋ ਕਿ ਸਰ ਜੀ ਇਹਨਾਂ ਨੇ ਮੈਨੂੰ ਪਿਛਲੇ 3 ਸਾਲ ਤੋਂ ਬਦਨਾਮ ਕੀਤਾ ਤੇ ਐ ਮੈਂ ਸੁਰਖਰੂ ਹੋ ਕੇ ਆ ਗਿਆ ਤੇ ਇਹਨਾਂ ਨੂੰ ਗ੍ਰਿਫਤਾਰੀ ਦਾ ਤੁਸੀਂ ਉਤੇ ਇਲਤਜਾ ਜਿਹੜੀ ਹੈ ਅਦਾਲਤ ਦੇ ਅੱਗੇ ਕਰੋ ਤੇ ਬਹਰਾਲ ਇਨਸਾਫ ਤੁਹਾਡੇ ਸਾਹਮਣੇ ਔਰ ਅੱਲਾ ਦੀਆਂ ਕਰਨੀਆਂ ਵੀ ਤੁਹਾਡੇ ਸਾਹਮਣੇ ਨੇ ਔਰ ਝੂਠ ਕਿਸ ਤਰ੍ਹਾਂ ਬੇਨਕਾਬ ਹੋ ਰਹੇ ਨੇ ਔਰ ਕਿਸ ਤਰ੍ਹਾਂ ਇਹ ਬੰਦਾ ਜਿਹੜਾ ਹੈ ਪਾਕਿਸਤਾਨ ਦੇ ਨਾਲ ਔਰ ਪਾਕਿਸਤਾਨ ਦੇ ਸਿਆਸਤਦਾਨਾਂ ਦੇ ਨਾਲ ਖਿਲਵਾੜ ਕਰਦਾ ਰਿਹਾ ਹੈ ਔਰ ਇਹਦੇ ਵਿੱਚ ਪਰਦੇ ਦੇ ਪਿੱਛੇ ਰਹਿ ਕੇ ਇਹ ਗੋਗੀਆਂ ਪੀਰਨੀਆਂ اعلی ਮਲਕ ਹੋਰ ਆਡੀਓ ਵੀਡੀਓ ਇਹ ਸਾਰੇ ਧੰਦੇ ਜਿਹੜੇ ਨੇ ਇਹਦੇ ਅੱਜ ਬੇਨਕਾਬ ਹੋ ਗਏ ਨੇ ਔਰ ਬੇਗੁਨਾਹ ਜਿਹੜੇ ਸੀ ਉਹ ਸੁਰਖਰੂ ਹੋ ਗਏ ਨੇ ਔਰ ਖੁਦ ਜਿਹੜਾ ਫਰਿਸ਼ਤਾ ਬਣਿਆ ਸੀ ਅੱਜ ਬੇਨਕਾਬ ਹੋ ਗਿਆ ਇਹਦੇ ਚ ਬੜਾ ਹੀ ਸਬਕ ਹੈ ਤੇ ਇਮਰਾਨ ਅਲੀ ਸਾਹਿਬ ਤੁਹਾਨੂੰ ਸਿਆਸੀ ਡੇਰਾ ਦੀ ਤਰਫੋਂ ਬੜੀ ਬੜੀ ਮੁਬਾਰਕਬਾਦ ਬਹੁਤ ਸ਼ੁਕਰੀਆ